ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿਖੇ ਜਿੱਥੇ ਹੜ੍ਹਾਂ ਨੇ ਬਹੁਤ ਵੱਡੇ ਪੱਧਰ ਉੱਤੇ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਉੱਥੇ ਸਥਿਤੀ ਵਿੱਚ ਸੁਧਾਰ ਹੁੰਦਾ ਹੋਇਆ ਫਿਲਹਾਲ ਵਿਖਾਈ ਨਹੀਂ ਦੇ ਰਹਾ ਸਥਾਨਕ ਮੌਸਮ ਵਿਭਾਗ ਅਤੇ ਪ੍ਰਬੰਧਕਾਂ ਵੱਲੋਂ ਜੋ ਤਾਜ਼ਾ ਨਕਸ਼ੇ ਜਾਰੀ ਕੀਤੇ ਗਏ ਨੇ ਮੌਸਮ ਸੰਬੰਧੀ ਜੋ ਤਾਜ਼ਾ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਉਸ ਵਿੱਚ ਵੀ ਕੋਈ ਸੁਧਾਰ ਵਾਲੀ ਕੋਈ ਖਬਰ ਆਉਂਦੀ ਹੋਈ ਫਿਲਹਾਲ ਵਿਖਾਈ ਨਹੀਂ ਦੇ ਰਹੀ ਅਤੇ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਘੰਟਿਆਂ ਤੇ ਆਉਣ ਵਾਲੇ ਦਿਨਾਂ ਦੌਰਾਨ ਹੋਰ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਨਾਲ ਪਹਿਲਾਂ ਹੀ ਬਹੁਤ ਵੱਡੇ ਪੱਧਰ ਉਤੇ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰ ਰਹੇ ਕੈਲੀਫੋਰਨੀਆ ਸੂਬੇ ਦੇ ਸਮੁੱਚੇ ਖੇਤਰ ਲਈ ਮੁਸ਼ਕਲਾਂ ਵਧ ਸਕਦੀਆਂ ਨੇ ਕੈਲੀਫੋਰਨੀਆ ਦੇ ਕੇਂਦਰੀ ਹਿੱਸੇ ਅਤੇ ਉੱਤਰ ਪੱਛਮੀ ਹਿੱਸਿਆਂ ਵਿੱਚ ਪਿਛਲੇ 20 ਦਿਨਾਂ ਦੌਰਾਨ ਕਾਫੀ ਤੇਜ਼ ਤਰਾਰ ਮੌਸਮ ਅਤੇ ਇਹੋ ਜਿਹਾ ਤੂਫਾਨੀ ਅੰਦਾਜ਼ ਬਣਿਆ ਹੋਇਆ ਹੈ ਅਤੇ ਇਹ ਵੀ ਜਾਣਕਾਰੀ ਤਾਜ਼ਾ ਮਿਲ ਰਹੀ ਹੈ ਕਿ ਪਿਛਲੇ 2 ਹਫ਼ਤਿਆਂ ਦੌਰਾਨ ਕੈਲੀਫੋਰਨੀਆ ਦੇ ਇਨ੍ਹਾਂ ਇਲਾਕਿਆਂ ਵਿੱਚ 10 ਤੋਂ 20 ਇੰਚ ਤੱਕ ਮੀਂਹ ਦਰਜ ਕੀਤਾ ਜਾ ਚੁੱਕਿਆ ਹੈ ਇਸ ਦੌਰਾਨ ਇਸ ਹੜ੍ਹਾਂ ਦੇ ਆਲਮ ਕਰਕੇ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਅਤੇ ਅੰਕੜਾ ਵੀ ਵਧਣ ਦੀ ਖਤਸ਼ਾ ਪ੍ਰਕਟਾਈ ਜਾ ਰਹੀ ਹੈ ਅਤੇ ਤਾਜ਼ਾ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਹੁਣ ਤੱਕ ਘੱਟੋ-ਘੱਟ 18 ਲੋਕਾਂ ਦੀ ਜਾਨ ਇਨ੍ਹਾਂ ਹੜ੍ਹਾਂ ਕਰਕੇ ਬਣੇ ਖਤਰਨਾਕ ਹਾਲਾਤ ਵਿੱਚ ਜਾ ਚੁੱਕੀ ਹੈ ਇੱਕ 43 ਸਾਲਾ ਮਹਿਲਾ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਅਤੇ ਇਸੇ ਤਰ੍ਹਾਂ ਇੱਕ ਲਾਪਤਾ ਹੋਏ 5 ਸਾਲਾ ਬੱਚੇ ਦੀ ਭਾਲ ਵੀ ਲਗਾਤਾਰ ਕੀਤੀ ਜਾ ਰਹੀ ਹੈ ਪਿਛਲੇ 2 ਸਾਲਾਂ ਤੋਂ ਕੈਲੀਫੋਰਨੀਆ ਇਲਾਕੇ ਵਿੱਚ ਜੰਗਲੀ ਅੱਗ ਜ਼ਨੀ ਦੀਆਂ ਘਟਨਾਵਾਂ ਪਾਵ ਜੰਗਲੀ ਖੇਤਰਾਂ ਵਿੱਚ ਅੱਗ ਲੱਗਣ ਦੀਆਂ ਜੋ ਘਟਨਾਵਾਂ ਵਾਪਰੀਆਂ ਸਨ ਅਤੇ ਉਨ੍ਹਾਂ ਘਟਨਾਵਾਂ ਦੌਰਾਨ ਜਿੰਨੀਆਂ ਜਾਨਾਂ ਗਈਆਂ ਸੀ ਉਸ ਨਾਲੋਂ ਜ਼ਿਆਦਾ ਜਾਨੀ ਨੁਕਸਾਨ ਹੁਣ ਇਨ੍ਹਾਂ ਤੂਫਾਨੀ ਅਤੇ ਹੜ੍ਹਾਂ ਦੇ ਹਾਲਾਤ ਵਿੱਚ ਹੋ ਚੁੱਕਾ ਪਤਾ ਲੱਗ ਰਿਹਾ ਹੈ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੈਲੀਫੋਰਨੀਆ ਵਿੱਚ ਪਿਛਲੇ 2 ਹਫ਼ਤਿਆਂ ਦੌਰਾਨ ਜ਼ਮੀਨ ਖਿਸਕਣ ਦੀਆਂ 955 ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਅਤੇ ਤੀਸ ਤਰਾਰ ਹੜਾਂ ਦਾ ਖਤਰਾ ਪਿਛਲੇ 2 ਹਫ਼ਤਿਆਂ ਵਾਂਗ ਹੁਣ ਵੀ ਉਸੇ ਤਰ੍ਹਾਂ ਬਰਕਰਾਰ ਨਜ਼ਰ ਆ ਰਿਹਾ ਹੈ। ਇੱਕ ਬਹੁਤ ਵੱਡੀ ਚਿੰਤਾ ਵਾਲੀ ਸਮੱਸਿਆ ਉਹਨਾਂ ਲੋਕਾਂ ਲਈ ਵੀ ਹੈ ਜੋ ਬਿਨਾਂ ਕਿਸੇ ਸਹਾਰੇ ਦੇ, ਬਿਨਾਂ ਕਿਸੇ ਮਕਾਨ ਜਾਂ ਬਿਨਾਂ ਕਿਸੇ ਛੱਤ ਦੇ ਕੈਲੀਫੋਰਨੀਆ ਵਿੱਚ ਰੁਕੇ ਹੋਏ ਸਨ। ਅੰਗਰੇਜ਼ੀ ਵਿੱਚ ਹੋਮਲੈਸ ਜਿਸ ਨੂੰ ਕਿਹਾ ਜਾਂਦਾ ਹੈ ਪਾਵ ਕੇ ਬੇਸਹਾਰੇ ਅਤੇ ਬਿਨਾ ਛੱਤ ਦੇ ਰਹਿ ਰਹੇ ਲੋਕਾਂ ਲਈ ਇਹ ਹੜ ਇੱਕ ਬਹੁਤ ਵੱਡਾ ਖਤਰਾ ਬਣਿਆ ਹੋਇਆ ਹੈ ਜਿੱਥੇ ਹੜਾਂ ਕਰਕੇ ਕੈਲੀਫੋਰਨੀਆ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਜਾਨੀ ਨੁਕਸਾਨ ਵੀ ਹੋਇਆ ਉੱਥੇ ਹੀ ਆਰਥਿਕ ਤੌਰ ਤੇ ਵੀ ਇਸ ਹੜ ਦੀ ਮਾਰ ਇਸ ਪੂਰੇ ਇਲਾਕੇ ਨੂੰ ਚਲਣੀ ਪੈ ਰਹੀ ਹੈ ਅਤੇ ਜੋ ਸ਼ੁਰੂਆਤੀ ਅੰਦਾਜ਼ੇ ਲਾਏ ਜਾ ਰਹੇ ਨੇ ਕਈ ਵੱਡੇ ਪੱਧਰ ਉੱਤੇ ਰਕਮਾਂ ਦੇ ਬਰਾਬਰ ਨੁਕਸਾਨ ਇਸ ਹੜ੍ਹ ਕਰਕੇ ਇਸ ਤੂਫਾਨ ਦੇ ਆਲਮ ਕਰਕੇ ਕੈਲੀਫੋਰਨੀਆ ਨੂੰ ਹੋ ਰਿਹਾ ਦੱਸਿਆ ਜਾਂਦਾ ਹੈ ਸੋ ਕੁੱਲ ਮਿਲਾ ਕੇ ਕੈਲੀਫੋਰਨੀਆ ਵਿੱਚ ਹੜ੍ਹਾਂ ਦਾ ਖਤਰਾ ਹਾਲੇ ਵੀ ਬਰਕਰਾਰ ਹੈ ਅਤੇ ਹੋਰ ਮੀਂਹ ਪੈਣ ਦੀ ਸੰਭਾਵਨਾ ਦੇ ਨਾਲ ਕੈਲੀਫੋਰਨੀਆ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਹਾਲਾਤ ਹੋਰ ਪੇਚੀਦਾ ਹੋ ਸਕਦੇ ਨੇ ਰਾਹਤ ਅਤੇ ਬਚਾਅ ਕਾਰਜ ਨਾਲ ਨਾਲ ਜਾਰੀ